ਸਤਿ ਸ਼੍ਰੀ ਅਕਾਲ ਜੀ ਬਾਈ, ਤੁਹਾਨੂੰ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ 'ਚ। ਅਤੇ ਮਨਾਉਣਾ ਜੀ ਤੁਹਾਨੂੰ ਡੈਡੀ ਨਾਲ। ਬਾਕੀ ਬਾਈ ਕੱਲ੍ਹ ਬਾਰਿਸ਼ ਬਹੁਤ ਹੋਈ ਤੀ ਮੀਂਹ, ਅਤੇ ਅੱਜ ਵੀ ਪੂਰਾ ਬੱਦਲ ਹੋ ਗਿਆ ਫੇਰ ਹੀ। ਅਤੇ ਆਪਾਂ ਨੇ ਇੱਕ ਖੁਸ਼ਖਬਰੀ ਸਾਂਝੀ ਕਰਨੀ ਤੁਹਾਨੂੰ ਸਾਰਿਆਂ ਨੂੰ, ਅਤੇ ਦੱਸਦੇ ਹਾਂ ਵੀ ਕਿਆ ਖੁਸ਼ਖਬਰੀ ਹੈ। ਅਤੇ ਮਿਲਾਉਣਾ ਤੁਹਾਨੂੰ ਡੈਡੀ ਨਾਲ ਜੀ। ਮਿਲੋ ਜੀ ਡੈਡੀ ਨੂੰ। ਸਤਿ ਸ਼੍ਰੀ ਅਕਾਲ ਜੀ। ਹੋਰ ਜੀ? ਹਾਂ ਭਾਈ, ਬਹੁਤ ਬਹੁਤ ਮੁਬਾਰਕਾਂ ਦੋ ਤੋਂ ਹੋਇਆ ਸਾਡੇ। ਠੀਕ ਆ ਸਭ ਨੂੰ, ਜੋ ਵੀ ਦੇਖਦਾ ਸਾਡੀ ਵੀਡੀਓ, ਨਹੀਂ ਦੇਖਦਾ ਸਭ ਮੁਬਾਰਕਾਂ ਸਭ ਨੂੰ ਦੱਬੇ ਵੇਖ, ਸਭ ਨੂੰ ਦੱਬੇ। ਮਨਿੰਦਰ ਦਾ ਇੱਕ ਭਾਈ ਹੋਰ ਆ। ਹਾਂ ਦੇਖ ਲਓ ਜੱਗੇ, ਉਹਨੂੰ ਦੇਖ ਲਾ, ਛੋਟੇ ਥੋੜੇ ਭਾਣਜੇ ਨੂੰ, ਬੜੇ ਨੂੰ 800 ਸ਼ੂਗਰ ਹੋਇਆ। ਦੇਖ ਲਓ ਬੈਰੂ ਕਿਰਪਾ ਹੀ ਹੋਈ, ਫਿਰ ਚਲੋ ਟੀਕਾ ਤਾਂ ਲੱਗਦਾ ਹੁਣ ਵੀ। ਇਹ ਬਿਮਾਰੀ ਜੱਗੇ ਚੱਕ ਨਹੀਂ ਹੁੰਦੀ, ਬਾਕੀ ਠੀਕ ਹੈਗਾ ਸਾਰਾ ਕੁਛ। ਹਾਂ ਬਾਕੀ ਇਹ ਦੇਖ ਲਓ ਖੇਲ। ਮਿਲੋ ਜੀ ਮਨਿੰਦਰ ਨੂੰ। ਬੁਲਾ ਸਾਥੀ ਕਰ, ਗੁੱਸੇ ਹੋ ਗਿਆ, ਬੈਟ ਸਿੱਟ ਕੇ ਆਇਆ, ਖੇਲਦਾ ਬੈਟ ਬਾਲ ਅਮਨ। ਠੀਕ ਹੈ ਠੀਕ ਹੈ, ਆ ਜਾ ਉਰੇ ਆ ਜਾ। ਇਹ ਲੈ ਪਿੱਛਾ ਲੜਾਉਂਗਾ ਰੇੜਾ, ਉਹ ਸਿੱਧੀ ਪਾਉਂਗਾ ਪੱਕੀ। ਹਰ ਜਾ ਰੇੜੇ ਵਾਲੇ। ਸਤਿ ਸ਼੍ਰੀ ਅਕਾਲ ਜੀ। ਰੁੱਸੇ ਅੰਦਰ ਕਰ ਦੇ, ਦਿਹਾੜੀ 10 ਵਾਰ ਰੁੱਸਦਾ ਹੈ। ਹਾਂ ਕੀ ਕਰਨ ਲੱਗਿਆ ਹਾਂ ਅੰਦਰ ਤੇ ਕੋਹ ਕਰਾ ਲਈ ਆਟੀ ਦਾ। ਦੇਖ ਲਾ ਅੱਜ ਟੁੱਟ ਗਿਆ ਇਹ, ਅਸੀਂ ਤੋੜਿਆ ਹੈਗਾ। ਕੱਖ ਲੱਤੇ ਹੋਏ ਆ, ਬਾਕੀ ਮਨਿੰਦਰ ਪੰਜਾਬ ਇੱਧਰ ਕਰ। ਕੋਈ ਨੀ ਕੋਈ ਨੀ, ਕਰ ਦੇਣਾ ਹੋਰ, ਕਰ ਦੇ ਬਾਅਦ ਚ ਕਰ ਦੇਣਾ ਬਾਹਰ। ਉਹਦਾ ਕਿਆ ਫੱਟੇ ਲੱਗੇ ਹੋਏ ਆ ਯਾਰ, ਕੋਈ ਨੀ। ਬਾਕੀ ਰੌਣਕ ਲੱਗੀ ਹੋਈ ਬਾਈ, ਰੌਣਕ ਕਿਆ ਦੇਖ ਲਾ, ਜਿੱਦਣ ਦਾ ਆਇਆ ਇਹ, ਇਹਨਾਂ ਨੇ ਪਿਆਜ ਗੁੱਡੇ, ਇਹ ਕੋਹਲੀ ਚੱਕੀ, ਹਾਂ ਫਿਰ ਖੁਰਪਾ ਚੱਕਿਆ। ਹਾਂਜੀ ਹਾਂਜੀ, ਕਾਮਾ ਬਹੁਤ ਹੈ, ਕਹਿੰਦਾ ਮੈਂ ਖੇਤੀ ਦੀ ਨੌਲੇਜ ਬਹੁਤ ਆ ਮੈਨੂੰ, ਸਭ ਨੂੰ ਪਤਾ ਹੀ ਆ। ਬੈਟ ਬਾਲ ਵੀ ਲਿਆਇਆ ਹੋਇਆ ਆਪਣਾ ਨਾਲ, ਬੈਟ ਬਾਲ ਉੱਥੀ ਤੇ ਆ ਮਨਿੰਦਰ, ਉੱਥੀ ਤੇ ਉੱਥੀ ਤੇ ਕਰਤੇ। ਕਿਆ ਖੇਲਣ ਲੱਗੇ ਹੋਏ ਜੀ? ਬੈਟ ਬਾਲ। ਅੱਛਾ ਜੀ, ਕਿੱਥੇ ਤੇ ਲਿਆਏ ਬੈਟ ਬਾਲ ਜੀ? ਇਹ ਆਇਆ ਤਾਂ ਕਿੱਥੇ ਤੇ ਆਇਆ ਤਾਂ ਜੀ? ਮੈਂ ਫੁੱਫੜ ਜੀ ਦੇ। ਅੱਛਾ ਫੁੱਫੜ ਜੀ ਨੇ, ਅੱਛਾ ਉਹ ਵਿਕਟਾਂ ਵੀ ਆ ਨਾਲ, ਇਹਦੀਆਂ ਗੁੱਲੀਆਂ ਵੀ ਤੀ ਉੱਪਰ। ਵੀਰੇ ਦਾ ਨਾਮ ਕੀ ਰੱਖਿਆ? ਵੀਰੇ ਦਾ ਨਾਮ ਤਾਂ ਦੱਸਦੇ ਆਪਣੇ। ਹੈ ਤੇਗ ਵੀ, ਕਿੰਨਾ ਕੁ ਹੋਇਆ ਉਸ ਦਿਨ ਮੂੰਹ ਕਰ, ਕਿੰਨੀ ਪੂਰਾ ਤੇਗ ਹੋਈ ਤੈਨੂੰ? ਖੇਲਣੇ ਖੇਲੇ ਕਿਹਨੂੰ ਕਹਿੰਦਾ ਵੀਰਾ? ਦੁਬਾਰਾ ਦੱਸ ਜਿੱਕੜਾ, ਪਹਿਲਾਂ ਤੂੰ ਬੋਲ ਕੇ ਦੱਸੇ ਕਰਦਾ ਏ, ਨਾਲੇ ਆਪਣਾ ਗੋਤ ਦੱਸ ਕੇ ਆਏ, ਪੂਰਾ ਦੱਸ ਦੇ ਇੱਧਰ ਨੂੰ ਮੂੰਹ ਕਰਕੇ। ਤੇਗ ਵੀਰ ਸਿੰਘ ਖਾਬੜ। ਹਾਂਜੀ ਹਾਂ, ਕਿਆ ਪੜਾ ਕੇ ਗਿਆ ਵੀਰ? ਕਿਣੀਆਂ ਉਤਰੇ ਆਈਆਂ ਬਾਈ, ਫੇਰ ਕਿਣੀਆਂ ਉਤਰੇ ਆਈਆਂ, ਬਹੁਤ ਚੜਿਆ। ਜਦ ਮੈਂ ਬੇਲੇ ਤੁਰਿਆ ਉੱਥੇ ਦੇ ਕਣਕ ਲੈ ਗਿਆ 4 ਕੁਇੰਟਲ ਕਣਕ ਦੀ। ਅੱਛਾ ਉਹ ਕਿਆ ਹੋ ਗਿਆ? ਉਹ 1 ਮਿੰਟ ਡੈਡੀ ਦਾ ਸ਼ੈਡ ਦਿਖਾ ਦਈਏ, ਇਹਨੇ ਅੱਜ ਦਿਨ ਚ ਬਾਈ ਉਹ ਲੱਗਿਆ। ਅੱਛਾ ਉਹਦੇ ਵੱਲ ਕੋ ਵੀ ਦਿੱਤਾ, ਆ ਕਿਆ ਬਣਾਇਆ ਦੱਸੋ ਜੀ, ਉਰੇ ਆ ਕੇ ਦੱਸੋ। ਹੈ ਜੀ ਇਹ ਕਾਹਦੇ ਖਾਤਰ ਬਣਾਇਆ ਜੀ? ਇਹ ਚੱਕਰੀ ਦੱਬਦੀ ਹੈ। ਅੱਛਾ ਕਿਆ ਬਣਾਇਆ ਦੱਸ? ਜਿਹੜੀ ਗੁਰਪੀ ਤੋੜਤੀ ਹੈ ਆਪਣੀਆਂ ਦੇ ਦੱਸੂਗਾ ਸਮਝਾਉਂਗਾ, ਇਹ ਸਮਝਾਉਂਗਾ ਕਿੱਦਾਂ ਬਣਾਇਆ ਦੱਸੋ। ਅੱਛਾ ਜੀ ਬੋਰੀ ਦੇ ਦਿੱਤੀ ਨੇ, ਮੀਂਹ ਆ ਗਿਆ ਬਾਈ, ਮੀਂਹ ਆ ਗਿਆ। ਰੱਬ ਨੇ ਪਤਾ ਨੀ ਕਿਆ ਕਰਨਾ ਯਾਰ, ਕਿਆ ਕਰਕੇ ਖੜਨਾ ਰੱਬ ਨੇ? ਹੋਰ ਰੋਜ਼ ਮੀਂਹ ਰੋਜ਼ ਖੜ ਜੋਗੇ ਨੀ ਛੱਡਣੇ ਆ ਹਿਸਾਬ ਨਾਲ, ਤਾਂ ਕੋਈ ਦਿਨ ਸੁੱਕਾ ਨੀ ਨਿਕਲਦਾ। ਕਾਹਦੇ ਖਾਤਰ ਪੁੱਤ? ਕੋਈ ਵੀ ਚੀਜ਼ ਰੱਖਣੀ। ਅੱਛਾ ਜੀ ਕਿੱਡਾ ਉੱਚਾ ਜੀ, ਕਿੰਨਾ ਕੁ ਲੰਬਾਈ, ਕਿੰਨੀ ਜਗ੍ਹਾ ਬਣਦੀ ਇਹ? ਫੁੱਟ ਜਗ੍ਹਾ ਹੈ, ਫੁੱਟ ਲੰਬਾਈ ਚ, ਫੁੱਟ ਲੰਬਾਈ ਚ, ਫੁੱਟ ਚੜਾਈ ਚ, ਚੜਾਈ ਚ ਫੁੱਟ
गमला जिहड़ा अंदर पिया सुकदा ता इहने बाहर रखता है कहिंदा उरे धुप्पां च ठीक होना देख ला अपां ने दिमाग ही मारते आ कमेंट कहना आऊगा जी दुगुना लेना कर्जा करी जाता हरेक साल वधाई तेगवीर का लग आना एक ग्यारह तेगवीर का भी कहना मेनू सामभना पैना अच्छा क्या बीजूंगा हूं फिर ओ क्यारे च गन्ना बीजा पिछ बीजा होने गन्ने गठे गठे पटूगा कौन पचासी दो सो अठती कम लगता पचासी का क्या दो सो अठती दो दो बीज बीजे है तीन तीन बीजे है एक नवा बीज एक अठासी एक पचानवे आया पचानवे पचानवे अपने पैसे मेले छूंगा कलाड़ी दूंगा गन्ना कलाड़ी अपनी बना ले जेडी एक बनाई भी थी पहला ढाती करता इक्की सौ लगी जगे कणक क्वांटल इक्की सौ रेट रह गया पहला छब्बी सताई सौ लिया इना बाकी फिर सुसरी जसरी नमी कणक अपने कमरा वेला कर रखी भी थोड़ी ओ पिछले साल पिछले साल कणक बरीक बरीक दाना करके बीज पहला घटता करते एक साल साडी जम्मी होनी सारी ₹700 किलो दोबारा पट के बीजे खर्चा दुगना हो गया फिर मुलदा बीज लिया परार होया तां मैनूं लगदा ना साल फिर नवा लिया परार तीन साल हो गया दो साल
बहुत कणक देख ला उपर पानी भी खड़ा जिथे ज्यादा बारिश पै गई बाकी तकरीबन हाले खड़िया ही माड़ी मोटी वड हो गई सरों तो हाले डर एक जगह ही खड़े अंदर बाहर कढ़ने पानी भी अंदर पिलाना पैंदा कई बार बाकी देख ला हुण तैयारी हो कि रही है ਡੇਗ ਦੇਖ ਲੈ ਜੇ ਕਿ ਇਹ ਹਾਲ ਵੱਢਣ ਨੂੰ ਦਿੱਤੀ ਐਨਕੀ ਵੱਢੀ ਵੀ ਦੇਖ ਲੈ ਕਿਸ ਤਰ੍ਹਾਂ ਖੁੱਟੀ ਲਓ ਜੀ ਬਾਈ ਆਹ ਬੂਟੇ ਲਾਏ ਹੋਏ ਆਪਾਂ ਨੇ ਸਾਰੇ ਪਿਛਲੇ ਸਾਲ ਲਵਾਏ ਸੀ ਆਹ ਅਮਰੂਦ ਦਾ ਏ ਅਮਰੂਦ ਤਾਂ ਲੱਗਿਆ ਜਿਹੜੀ ਵਿੱਚ ਵਿੱਚ ਆ ਦੇ ਹਾਂ ਅਮਰੂਦ ਵਾਲਾ ਤਾਂ ਵਧਿਆ ਵੀ ਬਹੁਤ ਆ ਉਹਨੂੰ ਜੱਗੇ ਕਿਹਾ ਪੱਤਾ ਪੱਤਾ ਸੁੱਕ ਗਿਆ ਦੇਖ ਨਵਾਂ ਫੁੱਟੂਗਾ ਨਾ ਜੀ ਬਾਈ ਕੋਈ ਜਿਹਨੇ ਨੌਲੇਜ ਮੜੀ ਜੀ ਦੱਸਿਓ ਕੋਈ ਯਾਰ ਨਹੀਂ ਆ ਤਾਂ ਬਹੁਤ ਚੱਲਿਆ ਇਹਨਾਂ ਨੂੰ ਆ ਡੈਡੀ ਚੱਲੇ ਨਹੀਂ ਹੈਗੇ ਉਹਨਾਂ ਨੂੰ ਪੁੱਛਿਆ ਹੋ ਗਿਆ ਲੱਗਿਆ ਉਹ ਪਤਾ ਕਿਹ ਕਹਿੰਦੇ ਕਹਿੰਦੇ ਆਪਾਂ ਲਾਤੀ ਇੱਟਾਂ ਨਾਲੇ ਕਹਿੰਦੇ ਹਵਾ ਨਹੀਂ ਪੈਂਦੀ ਉਹ ਇੱਟਾਂ ਦੀ ਹੁਣ ਇੱਟਾਂ ਵੀ ਚੱਕਦੀ ਆ ਯਾਰ ਇੱਕ ਹੋਰ ਦੱਸਦੇ ਆ ਉਹ ਕਹਿੰਦੇ ਵੀ ਜਿੱਥੇ ਤੱਕ ਟਾਣੀ ਆ ਨਾ ਟਾਣੀ ਦੇ ਬਰਾਬਰ ਜਿੱਥੇ ਆ ਟਾਣੀ ਆ ਇਹਦੇ ਆਲੇ ਦਾਲੇ ਫੁੱਟ ਫੁੱਟ ਟੋਆ ਕੱਢ ਲੈਣਾ ਹੈ ਫਿਰ ਜਿਹੜੀ ਕਲੀ ਹੁੰਦੀ ਆ ਕੰਧ ਪਕਰਨੇ ਵਾਲੀ ਕਲੀ ਮਿਲਾ ਲੈਣੀ ਰੇਹ ਚ ਹੈ ਉਹਦੇ ਵਿੱਚ ਉਰੇ ਭਰਨੀ ਆ ਉਹ ਉਰੇ ਨਹੀਂ ਪਾਉਣਾ ਕਦੇ ਉਰੇ ਤੇ ਜਾਣੇ ਲੈਣਾ ਹੁਣ ਪੱਤੇ ਪੀਏਗਾ ਤੇ ਉਹਨੇ ਦੇ बड़ा नहीं उपर जाके फैल दा खजूर मंगो पराली मक्की मुक्की बन्ना नू काम आऊ मक्की आ जानी पराली उरे गल जाना इन्हे मीह नहीं हटदा रोज बाकी कई देखे कोठिया पर रखते ने मोटर पर खेत उपर उ चूहे का फायदा चूहे चढ़ता अचार भी पैन लग गया मक्की का पराली का अचार टोका करके खराब ही होंगे होना ਨਹੀਂ ਖਰਾਬ ਜਿਹੜਾ ਦੂਆ ਚਾਰ ਉਹ ਵੀ ਤਾਂ ਗਾਲਦਾ ਹੀ ਆ ਇਹਨੂੰ ਉੱਲੀ ਜ਼ਿਆਦਾ ਪੈਂਦੀ ਇਹ ਵੀ ਗਾਲਦਾ ਹੀ ਆ ਨਾ ਜਿਕਣਾ ਇੱਕਣ ਐਸੀ ਟੋਕਾ ਟਕਾਇਆ ਉਹ ਬਹੁਤ ਖਾਣੇ ਡੰਗਰ ਵਿੱਚੇ ਤੂੜੀ ਜਿਵੇਂ ਇਸ ਕਰਕੇ ਉਹ ਵੀ ਐ ਨਹੀਂ ਪਤਾ ਵੀ ਪਾਸ ਹੋਇਆ ਕਿ ਨਹੀਂ ਉਹ ਮਸ਼ੀਨਾਂ ਚੱਲਦੀਆਂ ਪਈਆਂ ਇਸ ਵਾਰ ਉਹ ਵਧੀਆ ਟੋਕਾ ਟਕਾ ਕੇ ਤੂੜੀ ਚ ਮਿਕਸ ਕਰਕੇ ਪਾਈ ਹੈ ਡੰਗਰ ਪਾਣੀ ਬਹੁਤ ਪੀਨੇ ਆ ਸਲੂਣੀ ਹੁੰਦਾ ਹੈ ਬਾਕੀ ਜਿਹੜਾ ਚਾਰ ਆ ਚਲੋ ਆਪਣੇ ਨੂੰ ਸਮਝ ਆ ਬਾਕੀ ਬਹੁਤ ਮੁਸ਼ਕ ਬਹੁਤ ਬੁਰਾ ਹੁੰਦਾ ਚਲ ਡੰਗਰ ਨੇ ਭੁੱਖੇ ਨੇ ਖਾਣੀ ਹੀ ਉਹ गुरपुरब नूं